ਲੰਘੇ ਦਿਨੀ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਜੇਲ੍ਹ ਮੰਤਰੀ ਜਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਚਾਨਕ DC ਆਫਿਸ ਪਹੁੰਚਦੇ ਨੇ ਔਰ ਉੱਥੇ ਜਾ ਕੇ DC ਦੇ ਨਾਲ ਲੜ ਪੈਂਦੇ ਨੇ। ਪੰਚਾਇਤਾਂ ਨੂੰ ਲੈ ਕੇ ਕੁਝ ਵਿਵਾਦ ਹੁੰਦੇ ਨੇ, ਪੰਚਾਇਤੀ ਚੋਣਾਂ ਨੂੰ ਲੈ ਕੇ ਕੁਝ ਵਿਵਾਦ ਹੁੰਦੇ ਨੇ ਜਿਸ ਸੰਬੰਧੀ DC ਨੂੰ ਮਿਲਣ ਜਾਂਦੇ ਨੇ, ਪਰ DC ਆਫਿਸ ਜਾ ਕੇ ਇਸ ਹੱਦ ਤੱਕ ਗਰਮਾ ਗਰਮੀ ਹੋ ਜਾਂਦੀ ਹੈ ਕਿ ਸੁਖਜਿੰਦਰ ਰੰਧਾਵਾ ਤਾਂ ਸਿੱਧੇ ਅਪ ਸ਼ਬਦਾਂ ਦੇ ਉੱਤੇ ਉਤਰ ਆਉਂਦੇ ਨੇ। ਇਹ ਤੱਤ ਸਾਹਮਣੇ ਆਏ ਨੇ। ਸੁਖਜਿੰਦਰ ਰੰਧਾਵਾ 'ਤੇ ਵੀ ਇਲਜ਼ਾਮ ਲੱਗੇ ਨੇ ਕਿ ਵੱਧ ਤੌਰ ਦੇ ਉੱਤੇ ਬੜੀ ਤੈਸ਼ ਦੇ ਨਾਲ ਬੋਲਿਆ ਗਿਆ, ਬੜੇ ਗੁੱਸੇ ਦੇ ਨਾਲ ਬੋਲਿਆ ਗਿਆ। ਔਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਉਲਝਦੇ ਨਜ਼ਰ ਆਏ ਨੇ। DC ਆਫਿਸ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ। ਲੰਘੇ ਕੱਲ੍ਹ ਅਜੇ ਤੱਕ DC ਗੁਰਦਾਸਪੁਰ ਦੇ ਵੱਲੋਂ ਤਾਂ ਕੋਈ ਤੱਥ ਸਾਂਝੇ ਨਹੀਂ ਕੀਤੇ ਗਏ, ਕੁਝ ਗੱਲਾਂ ਨਹੀਂ ਕਹੀਆਂ ਗਈਆਂ, ਪਰ ਵੀਡੀਓ ਜ਼ਰੂਰ ਸਾਂਝੀ ਕੀਤੀ ਗਈ ਹੈ ਜਿਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਅਚਾਨਕ ਵਿਵਾਦ ਖੜ੍ਹਾ ਹੋ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ, ਜਿੱਥੇ ਇਹ ਮਸਲਾ ਬਣਿਆ ਹੋਇਆ ਕਿ ਸਰਪੰਚੀ ਖਰੀਦੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਦਾਂ ਦੇ ਮਸਲੇ ਵੀ ਵੱਧਦੇ ਜਾ ਰਹੇ ਆ। ਜਦੋਂ ਵੀ ਸਰਪੰਚੀ ਦੀਆਂ ਚੋਣਾਂ ਆਉਂਦੀਆਂ ਉਸ ਵੇਲੇ ਇਹ ਖਬਰਾਂ ਤਾਂ ਜ਼ਰੂਰ ਹੁੰਦੀਆਂ ਕਿ ਕਦੀ ਕਿਤੇ ਲੜਾਈ ਹੋ ਗਈ, ਕਦੀ ਕਿਤੇ ਗੋਲੀ ਚੱਲ ਗਈ, ਭਾਵੇਂ ਉਹ ਸਾਬਕਾ ਵਿਧਾਇਕ ਰਿਪੀਟ ਹੈ, ਭਾਵੇਂ ਉਹ ਕਾਂਗਰਸ ਦੇ ਕੁਲਬੀਰ ਜੀਰਾ ਦੀ ਗੱਲ ਕਰੀਏ, ਉਹਨਾਂ ਦੇ ਬਾਰੇ ਵੀ ਇਹ ਖਬਰ ਸਾਹਮਣੇ ਆਈ ਕਿ ਉਹਨਾਂ ਨੂੰ ਗੋਲੀ ਲੱਗੀ। ਔਰ ਦੂਜੇ ਪਾਸੇ ਗੁਰਦਾਸਪੁਰ ਦੀ ਗੱਲ ਕਰੀਏ ਜਿੱਥੇ ਇਹ ਖਬਰ ਚੱਲਦੀ ਸੀ ਕਿ 2 ਕਰੋੜ ਦੇ ਵਿੱਚ ਸਰਪੰਚੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਅਚਾਨਕ DC ਆਫਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਸ ਲੜ ਪਏ। ਕੀ ਹੋਇਆ ਆਓ ਦੇਖਦੇ ਹਾਂ। ਜਿਹੜਾ ਪਰਚਾ ਦੇਣਾ ਦੇ ਆ ਬੈਠੇ, ਇਹ ਕੋਈ ਤਰੀਕਾ ਮਾਮਾ ਲੱਗਦਾ ਬਾਹਰ ਭੇਜਣ ਦਾ, ਹੱਥ ਮਾਰਦੇ ਜਿੱਦਾਂ ਨਵੇਂ DC ਆ ਗਿਆ ਇੱਥੇ।